मोगा एसडीएम गांव लड़के की स्कूल में औचक निरीक्षण करने पहुंची। उनकी अचानक स्कूल पहुंचने से हड़कंप मच गया। एसडीएम चारू मीता ने बच्चों को परोसा जा रहा मिड डे मील भी चेक किया है। उन्होंने बाकी क्लासों में जाकर बच्चों से बातचीत की। इसके साथ ही मिड डे मील तैयार करने वाली महिलाओं को और अच्छा पौष्टिक भोजन बनाने की भी हिदायत एसडीएम ने दी है। खाने में दाल चावल, सब्जी रोटी, कढ़ी चावल, खीर। स्वाद किस तरह लगता है? बहुत स्वाद होता है, तो साफ सुथरा भी खाना होता है। ਤੁਹਾਨੂੰ ਵਾਰੀ ਜੀ ਤੋਂ ਦੁਆਰਾ ਮੰਗਦੇ ਮਿਲਦਾ ਤੁਹਾਨੂੰ? ਹਾਂਜੀ ਮਿਲਦਾ ਹੈ। ਕੋਈ ਦਿੱਕਤ ਤਾਂ ਨਹੀਂ ਆਉਂਦੀ ਜੀ? ਨਹੀਂ ਨਹੀਂ ਨਹੀਂ, ਸਕੂਲੋਂ ਮਿਲਦਾ। ਸਕੂਲੋਂ ਮਿਲਦਾ? ਕੀ ਕੀ ਮਿਲਦਾ ਬੇਟੇ? ਸਾਮ ਦਾਲ ਚੌਲ, ਦਾਲ ਰੋਟੀ, ਖੀਰ, ਦਾਲ ਕਾਲੇ ਚਨੇ ਦੀ ਸਬਜ਼ੀ, ਰੋਟੀ, ਕੜੀ ਚੌਲ ਜੀ ਸਕੂਲੇ ਹੀ ਮਿਲਦਾ। ਕਿੱਦਾਂ ਦਾ ਮਿਲਦਾ ਤੁਹਾਨੂੰ ਜੀ? ਬਹੁਤ ਵਧੀਆ ਮਿਲਦਾ ਜੀ, ਸਵਾਦੀ ਬਹੁਤ ਹੁੰਦਾ ਜੀ ਜੀ, ਬਹੁਤ ਹੀ ਵਧੀਆ ਜੀ, ਸੰਤੁਲਿਤ ਜੀ, ਪੋਸ਼ਕ ਹੁੰਦਾ ਜੀ, ਪੋਸ਼ਕ ਤੱਤ। ਲੰਡੇ ਕੇ ਸਕੂਲ ਜੀ ਸਾਡਾ ਸਕੂਲ ਆਫ ਐਮੀਨੈਂਸ ਹੈ ਮੋਗਾ ਦਾ, ਅਤੇ ਇਸ ਕਰਕੇ ਇੱਥੇ ਸਪੈਸ਼ਲੀ ਚੈਕਿੰਗ ਜਿਹੜੀ ਹੈਗੀ ਆ ਮੈਂ ਕਰਨ ਆਈ ਹਾਂ। ਅਤੇ ਮਿਡ ਡੇ ਮੀਲ ਦਾ ਟਾਈਮ ਇਸ ਕਰਕੇ ਚੂਜ਼ ਕੀਤਾ ਕਿ ਨਾਲ ਜਿਹੜਾ ਹੈਗਾ ਉਹ ਮਿਡ ਡੇ ਮੀਲ ਦੀ ਚੈਕਿੰਗ ਵੀ ਕਰਨਾ ਜ਼ਰੂਰੀ ਹੈ, ਕਿਉਂਕਿ ਕਈ ਵਾਰ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਆ ਜਾਂਦੀਆਂ। ਪਰ ਅੱਜ ਜੋ ਮੈਂ ਚੈੱਕ ਕੀਤਾ, ਜੋ ਖਾਣੇ ਦਾ ਸਵਾਦ ਸੀ ਪਲੱਸ ਖਾਣੇ ਦੀ ਕੁਆਲਿਟੀ ਸੀ ਉਹ ਕਾਫੀ ਵਧੀਆ ਸੀਗੀ। ਅਤੇ ਥੋੜ੍ਹੀ ਜਿਹੀ ਮਿਰਚ ਦਾ ਇਸ਼ੂ ਸੀਗਾ, ਉਹ ਆਪਾਂ ਕੁੱਕ ਨੂੰ ਜਿਹੜਾ ਹੈਗਾ ਕਹਿਤਾ ਹੈ, ਬਟ ਇਹਦੇ ਵਿੱਚ ਕੁਆਲਿਟੀ ਦਾ ਜਾਂ ਸਵਾਦ ਦਾ ਮੈਨੂੰ ਕੋਈ ਵੀ ਇਸ਼ੂ ਨਹੀਂ ਲੱਗਾ।